पूरे जग में वसते हुए पंजाबी प्यारे शान बाजवा तुहाडी खिदमत हाजिर सलाम कबूल करो। अज असी तुहाडे नाल एक होर जट कबीले का अहवाल लैके आए हाँ। तुहाडे नाल जिक्र कर रहे हैं सांझा चड्ढा जट कबीले का। चड्ढा जट कबीला जटा विचों बहुत पुराना कबीला है ते कबल मसीती करे दियां जड़ां जिहड़ियां खोजियां जा सकदियां ने। चड्ढा विलान का पुत्र जोधा का पोतरा सी, अणकपाल का प्रपोता सी। ਇਹ ਜੱਟਾਂ ਵਿੱਚੋਂ ਨਾਮੀ ਗ੍ਰਾਮੀ ਖਾਨਦਾਨ ਨੇ ਅਤੇ ਚੱਡਾ ਚੱਦੜ ਦਾ ਭਰਾ ਸੀ। ਇਹ ਸੂਰਜਵੰਸ਼ੀ ਜੱਟਾਂ ਦੀ ਸ਼ਾਖ ਹੈ। ਇਹ ਲੋਕ ਹਿੰਦੂ ਸਿੱਖ ਅਤੇ ਮੁਸਲਮਾਨ ਇਹਨਾਂ ਸਾਰਿਆਂ ਮਜ਼ਹਬਾਂ ਵਿੱਚ ਮਿਲਦੇ ਨੇ। ਹੁਣ ਅਸੀਂ ਵੇਖਦੇ ਹਾਂ ਕਿ ਵੱਖ ਵੱਖ ਤਾਰੀਖੀ ਤਜ਼ਕਰਿਆਂ ਅੰਦਰ ਚੱਡਾ ਜੱਟ ਕਬੀਲੇ ਦਾ ਜ਼ਿਕਰ ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਮਿਲਦਾ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਚੱਡਾ ਜੱਟ ਕਬੀਲੇ ਬਾਰੇ ਇੰਨੀ ਕੁ ਬਸ ਜਾਣਕਾਰੀ ਦਿੱਤੀ ਹੈ ਵੀ ਖੱਤਰੀਆਂ ਅਤੇ ਜੱਟਾਂ ਦੀ ਇੱਕ ਸ਼ਾਖ ਹੈ। ਇਹ ਵੀ ਜੋ ਸਾਰੀ ਜਾਣਕਾਰੀ ਸਾਨੂੰ ਕਿਸੇ ਵੀ ਲਿਖਤੀ ਤਜ਼ਕਰੇ ਅੰਦਰੋਂ ਮਿਲੀ, ਸਾਨੂੰ ਚੱਡਾ ਜੱਟ ਕਬੀਲੇ ਬਾਰੇ ਮਿਲੀ ਅਤੇ ਗੱਲ ਉਹੀ ਹੈ ਵੀ ਅਜ਼ੀਮ ਜੱਟ ਕਬੀਲਿਆਂ ਨੇ ਆਪਣਾ ਇਤਿਹਾਸ ਲਿਖਣ ਵਾਲੇ ਪਾਸੇ ਉੱਕਾ ਧਿਆਨ ਨਹੀਂ ਦਿੱਤਾ। ਅਤੇ ਇਸ ਤੋਂ ਪਹਿਲਾਂ ਵੀ ਇਹ ਗੱਲ ਕਰਦੇ ਰਹਿੰਦੇ ਹਾਂ ਵੀ ਇੱਕ ਜੱਟ ਕਬੀਲੇ ਲੜਾਕੂ ਕਬੀਲੇ ਸਨ ਅਤੇ ਤਲਵਾਰ ਦੇ ਜ਼ੋਰ 'ਤੇ ਆਪਣੀ ਗੱਲ ਮਨਵਾਉਂਦੇ ਰਹੇ, ਪਰ ਇਤਿਹਾਸ ਲਿਖਣ ਵਾਲੇ ਪਾਸੇ ਉਹਨਾਂ ਝਾਤ ਹੀ ਨਹੀਂ ਪਾਈ ਅਤੇ ਖਿਆਲ ਹੀ ਨਹੀਂ ਕੀਤਾ। ਮਗਰੋਂ ਇਤਿਹਾਸ ਲਿਖਣ ਦਾ ਕੰਮ ਜੱਟਾਂ ਦੇ ਅਜ਼ਲੀ ਦੁਸ਼ਮਣ ਬ੍ਰਾਹਮਣਾਂ ਦੇ ਹਿੱਸੇ ਆ ਗਿਆ ਅਤੇ ਉਹਨਾਂ ਨੇ ਇਹਨਾਂ ਦੇ ਨਾਲ ਜਿਹੜਾ ਜੱਦੀ ਵੈਰ ਸੀ ਉਹ ਕੁੱਟਦੇ ਰਹੇ ਅਤੇ ਉਹਨਾਂ ਤਿੱਤਰ ਦਾ ਬਟੇਰਾ ਬਣਾਉਂਦੇ ਰਹੇ। ਅੱਜ ਵੀ ਬ੍ਰਾਹਮਣ ਉਹ ਕੋਝੀ ਕਾਰ ਕਰੀ ਜਾ ਰਹੇ ਨੇ ਅਤੇ ਕਰਾਈ ਜਾ ਰਹੇ ਨੇ। ਹੁਣ ਅਸੀਂ ਤੁਹਾਡੇ ਨਾਲ ਚੱਡਾ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਸਾਂਝਾ ਕਰਦੇ ਹਾਂ ਜੋ ਮੀਰਪੁਰ ਮਥੇਲਾ ਸਿੰਘ ਤੋਂ ਆਰੀਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਜੱਟ ਉਹਨਾਂ ਸਾਡੇ ਨਾਲ ਸਾਂਝਾ ਕੀਤਾ। ਉਸ ਕੁਰਸੀਨਾਮੇ ਮੁਤਾਬਕ ਹਜ਼ਰਤ ਆਦਮ ਤੋਂ ਚੋਖਾ ਗੇਰੇ ਪੁੱਜ ਕੇ ਨਾਂ ਆਉਂਦਾ ਹਜ਼ਰਤ ਨੂਹ ਅਲੈਹਿ ਸਲਾਮ ਦਾ, ਜਿਨ੍ਹਾਂ ਨੂੰ ਹਿੰਦੀ ਵਿੱਚ ਮਨੂ ਦੂਸਰਾ ਆਖਿਆ ਜਾਂਦਾ। ਉਹ ਗੁਜਰਾਤ ਕਾਠੀਆਵਾੜ ਦੇ ਪਿੰਡ ਮੰਡਾ ਵਿੱਚ ਦਫਨ ਹੋਏ ਨੇ। ਉਹਨਾਂ ਦੀ ਕਬਰ 270 ਗਜ਼ ਲੰਮੀ ਹੈ ਅਤੇ ਉੱਥੇ ਉਹਨਾਂ ਨੂੰ ਮਨੂ ਮਹਾਰਿਸ਼ਟ ਆਖਿਆ ਜਾਂਦਾ। ਅੱਗੋਂ ਹਜ਼ਰਤ ਨੂਹ ਅਲੈਹਿ ਸਲਾਮ ਹੋਰਾਂ ਦੀਆਂ ਦੋ ਸਵਾਣੀਆਂ ਵਿੱਚੋਂ 7 ਪੁੱਤਰ ਹੋਏ। ਪਹਿਲੀ ਬੀਵੀ ਸਨਾ ਵਿੱਚੋਂ 3 ਪੁੱਤਰ ਸਾਮ, ਹਾਮ ਅਤੇ ਯਾਫਸ ਹੋਏ। ਦੂਜੀ ਬੀਵੀ ਵਾਇਲਾ ਦੇ ਘਰ ਕਨਾਨ, ਯਰਨ, ਹਰਹਰ ਅਤੇ ਅਜਮ 4 ਪੁੱਤਰ ਹੋਏ। ਉਹ ਚਾਰੇ ਸਣੇ ਆਪਣੀ ਮਾਂ ਦੇ ਹਜ਼ਰਤ ਨੂਹ ਅਲੈਹਿ ਸਲਾਮ ਹੋਰਾਂ ਦੇ ਬੇਅਦਬ ਅਤੇ ਗੁਸਤਾਖ ਹੋਣ ਪਰੋਂ ਤੂਫਾਨੇ ਨੂਹ ਵੇਲੇ ਹਜ਼ਰਤ ਨੂਹ ਦੇ ਬੇੜੇ ਵਿੱਚ ਨਾ ਬੈਠੇ ਅਤੇ ਫਿਰ ਉਹ ਗਰਕ ਹੋ ਗਿਆ। ਮੁੜ ਕੇ ਹਜ਼ਰਤ ਨੂਹ ਅਲੈਹਿ ਸਲਾਮ ਹੋਰਾਂ ਦੇ 3 ਪੁੱਤਰਾਂ ਸਾਮ, ਹਾਮ ਅਤੇ ਯਾਫਸ ਦੀ ਨਸਲ ਅੱਗੇ ਵਧੀ। ਸਾਮ ਦੀ ਨਸਲ ਸਾਮੀ ਸਦਾਈ ਅਤੇ ਉਹ ਏਸ਼ੀਆ 'ਚ ਵੱਸ ਗਈ, ਉਹ ਸਾਮੀ ਜ਼ਬਾਨ ਬੋਲਦੇ ਸਨ। ਹਾਮ ਦੀ ਨਸਲ ਅਫਰੀਕਾ 'ਚ ਜਾ ਵੱਸੀ ਅਤੇ ਯਾਫਸ ਦੀ ਜਿਹੜੀ ਨਸਲ ਹੈ ਉਹ ਤੁਰਕੀ, ਚੀਨ ਅਤੇ ਯੂਰਪ ਦੇ ਵਿੱਚ ਵੱਸ ਗਈ। ਅੱਗੋਂ ਸਾਮ ਦੇ ਪੁੱਤਰ ਹੋਏ ਅਰਫਕਾ ਸਿੰਧ, ਸਿੰਧ, ਈਸ਼ਵਰ, ਹਿੰਦ, ਆਰਾਮ, ਆਰਮੀਨੀਆ, ਅਸਵਰ, ਫਾਰਸ, ਜਿਹੜਾ ਮਤਲਬ ਇਹਦਾ ਦੂਜਾ ਨਾਂ ਸੀ ਲੂਦ, ਜਿਹਦਾ ਦੂਜਾ ਨਾਂ ਰੋਮ ਸੀ, ਬਲਕਾਨ, ਸਮਾਨ, ਕਨਆਨ, ਕੀਕਾਨ ਅਤੇ ਲਾਬਰ ਹੋਏ। ਅੱਗੋਂ ਅਰਫਕਾ ਸਿੰਧ, ਸਿੰਧ ਦੇ ਪੁੱਤਰ ਹੋਏ ਸੱਖਰ, ਪੱਖਰ, ਠੱਟਾ, ਹੋਲ, ਹਰਮੇਸ਼ ਅਤੇ ਅਮਰ। ਸਿਕੰਦਰ ਜ਼ੁਲਕਰਨੈਨ ਵੀ ਇਹਨਾਂ ਦਾ ਨਾਂ ਸੀ ਅਤੇ ਅਗਲਾ ਪੁੱਤਰ ਸੀ ਡਾਗਰ ਅਤੇ ਅਗਲੇ ਪੁੱਤਰ ਦਾ ਨਾਂ ਸੀ ਜਲੂਦਰ, ਅਗਲਾ ਜਾਸ਼ਰ, ਜਾਸ਼ਰ ਦਾ ਦੂਜਾ ਨਾਂ ਲਾਉਜ਼ਰ ਵੀ ਸੀ ਸਮੂਦ ਦੀ ਨਸਲ 'ਚੋਂ ਅਤੇ ਅਗਲੇ ਪੁੱਤਰ ਦਾ ਨਾਂ ਸੀ ਗੁਜਰਾਤ ਅਤੇ ਅਗਲੇ ਦਾ ਗਾਰਾ ਜਿਹਦਾ ਦੂਜਾ ਨਾਂ ਹੜੱਪਾ ਵੀ ਸੀ, ਅਗਲਾ ਪੁੱਤਰ ਟੀ ਟੈਕਸਲਾ, ਅਗਲਾ ਹੰਡ ਯਾਨੀ ਜਿਹਦਾ ਦੂਜਾ ਨਾਂ ਸੁਆਬੀ ਅਤੇ ਅਗਲਾ ਸਾਮ, ਅਗਲਾ ਤਾਮਲੀ, ਤਾਮਿਲ ਕੌਮ, ਅਗਲਾ ਮੂਲਾ, ਮੁਲਤਾਨ ਅਤੇ ਕਸ਼ੇਪੁਰਾ ਜਿਹਦਾ ਜਿਹਦੇ ਨਾਂ ਤੋਂ ਪਿਆ, ਅਤੇ ਅਗਲਾ ਮੀਜ਼ੂਰਾਮ ਅਤੇ ਅਗਲਾ ਮਕਰਾਨ, ਮਕਾਨ, ਅਤੇ ਅਗਲਾ ਕਰਮਾਨ ਅਤੇ ਅਗਲਾ ਹਨਵਾਦਰ ਜਿਹਦਾ ਦੂਜਾ ਨਾਂ ਗਵਾਦਰ ਵੀ ਸੀ, ਅਤੇ ਅਗਲੇ ਦਾ ਨਾਂ ਕੀਕਾਨ ਸੀ, ਕਲਾਤ ਜਿਹਦੇ ਨਾਂ ਤੋਂ ਪਿਆ, ਅਤੇ ਅਗਲਾ ਖੁਸ਼ਦਾਰ ਅਤੇ ਅਗਲਾ ਸੀਸ ਜਿਹਦੇ ਨਾਂ ਤੋਂ ਸੀਸਤਾਨ ਪਿਆ। ਅੱਗੋਂ ਮੂਲਾ ਜਿਹੜਾ ਇਹਦਾ ਪੁੱਤਰ ਸੀ ਅਰਫਕਾ ਸਿੰਘ ਦਾ, ਉਹਦੀ ਨਸ ਉਹਦੇ ਪੁੱਤਰ ਹੋਏ ਸਰਵਾਈ, ਅਸਟੂਬਰ, ਇਰਮ, ਅਤੇ ਇਰਮ ਦਾ ਅੱਗੋਂ ਪੁੱਤਰ ਹੋਇਆ ਊਜ਼, ਅਤੇ ਅੱਗੋਂ ਊਜ਼ ਦਾ ਪੁੱਤਰ ਹੋਇਆ ਸਾਗਤ, ਸਾਗਤ ਦਾ ਦੂਜਾ ਨਾਂ ਵੀ ਇਰਮ ਸੀ, ਅਤੇ ਅੱਗੋਂ ਉਹਦਾ ਪੁੱਤਰ ਹੋਇਆ ਆਦ, ਅਤੇ ਆਦ ਦੇ ਪੁੱਤਰ ਹੋਏ ਅੱਗੋਂ ਜਲੂਦ, ਸਹਿਰੇਬ, ਸਹਿਰੇਬ ਤੋਂ ਨਮਰੂਦ ਦੀ ਨਸਲ ਟੁਰੀ, ਪੱਤਣ, ਕਾਹੂ, ਜੁਕਰ, ਡੀਜੀ, ਅਰੋੜ, ਦੁਹਾਗਾ, ਅਰੋੜਕਾ, ਢਾਕਾ, ਸ਼ਦਾਦ, ਸ਼ਦੀਦ, ਬਾਲਾ, ਮੇਹਰ ਜਿਹਦੇ ਨਾਂ ਤੋਂ ਮੇਹਰਗੜ੍ਹ ਅਤੇ ਸੁਹਾਗਾ। ਇਹ ਸਾਰੇ ਜਿਹੜੇ ਪੁੱਤਰ ਹੋਏ ਜੀ ਇਹਦੇ ਅੱਗੋਂ ਮਤਲਬ ਆਦ ਦੇ। ਅੱਗੋਂ ਜਲੂਦ ਦੇ ਪੁੱਤਰ ਹੋਏ ਬਾ, ਅਰਨੰਦ, ਛੱਲਾ, ਅੰਬਰ ਅਤੇ ਬ੍ਰਹਮਾ, ਅਤੇ ਅੱਗੋਂ ਬਾ ਦਾ ਪੁੱਤਰ ਹੋਇਆ ਵਿਸ਼ਨੂੰ, ਵੇਸ ਅਤੇ ਸੁਰੰਭੂ, ਸ਼ੰਕਰ, ਚੇਤੂ, ਸੇਂਬੂ ਅਤੇ ਗੋਰਖ,
ਜਿਨ੍ਹਾਂ ਦਾ ਦੂਜਾ ਨਾਂ ਹਜ਼ਰਤ ਹੂਦ ਅਲੈਹ ਸਲਾਮ ਸੀ, ਰਸੂਲ ਵੀ ਸਨ। ਅੱਗੋਂ ਹਜ਼ਰਤ ਹੂਦ ਅਲੈਹ ਸਲਾਮ ਉਹਨਾਂ ਦੇ ਪੁੱਤਰ ਹੋਏ ਅਰੜ, ਜਿਨ੍ਹਾਂ ਦੇ ਨਾਂ 'ਤੇ ਹਰੀੜ ਦਾ ਕਿਲਾ ਜਿਹੜਾ ਦਾਦੂ ਦੇ ਵਿੱਚ 400 ਫੁੱਟ ਉੱਚਾ। ਅਗਲਾ ਪੁੱਤਰ ਸੀ ਉਹਨਾਂ ਦਾ ਗੱਬਰ, ਅਗਲਾ ਬੱਬਰ, ਅਗਲਾ ਤੰਦੂਰ, ਅਗਲਾ ਬਰਬਰਾ, ਅਗਲਾ ਹੇਮ ਅਤੇ ਅਗਲਾ ਬਹਿਮ। ਅੱਗੋਂ ਬਰਬਰਾ ਦਾ ਪੁੱਤਰ ਹੋਇਆ ਅਬਰੂ, ਅਬਰ ਅਤੇ ਅਬਰੀਨ। ਅੱਗੋਂ ਅਬਰੂ ਦੇ ਪੁੱਤਰ ਹੋਏ ਕੈਤਾਨ, ਸੋਮ, ਮਹਿਲਾ, ਅਗਨੀ, ਸੂਈ ਅਤੇ ਨਿਰਸਲ। ਅੱਗੋਂ ਕੈਤਾਨ ਦਾ ਪੁੱਤਰ ਹੋਇਆ ਯਕਤਾਨ, ਫਲਜ, ਸਲਜ ਅਤੇ ਯਾਰਬ। ਯਾਰਬ ਦੀ ਨਸਲ ਜਿਹੜੀ ਹੈ ਯਮਨ ਚਲੀ ਗਈ ਅਤੇ ਉਹਨਾਂ ਸਬਾਹ ਦੀ ਕੌਮ ਵਸਾਈ। ਅੱਗੋਂ ਯਕਤਾਨ ਦੇ ਪੁੱਤਰ ਨੇ ਸ਼ਾਹਰੁਖ, ਮੰਬਾ ਜਿਹਦਾ ਨਾਮ ਹੀ ਸੀ ਅਤੇ ਸ਼ਾਹਰੁਖ ਵੀ ਸੀ। ਅਤੇ ਅੱਗੋਂ ਮੰਬਾ ਦਾ ਪੁੱਤਰ ਹੋਏ ਹਜ਼ਰਤ ਨਾਹੂਰ ਅਲੈਹ ਸਲਾਮ, ਜਿਨ੍ਹਾਂ ਦਾ ਦੂਜਾ ਨਾਂ ਹਜ਼ਰਤ ਅਯੂਬ ਅਲੈਹ ਸਲਾਮ ਸੀ। ਅਯੂਬ ਅਲੈਹ ਸਲਾਮ ਅਵਲ, ਇਹ ਮੁਲਤਾਨ ਦੇ ਬਾਦਸ਼ਾਹ ਵੀ ਸਨ ਅਤੇ ਰਸੂਲ ਵੀ ਸਨ। ਅਤੇ ਇਹਨਾਂ ਦੀ ਕਬਰ ਜਿਹੜੀ ਹੈ ਉਹ ਬੂਹਰ ਗੇਟ ਮੁਲਤਾਨ ਦੇ ਅੰਦਰਵਾਰ ਹੈ। ਅੱਗੋਂ ਇਹਨਾਂ ਦੇ ਬੇਟੇ ਹੋਏ ਹਜ਼ਰਤ ਅਯੂਬ ਅਲੈਹ ਸਲਾਮ ਦੇ ਛੱਬਰ, ਬਸ਼ਰ, ਬਸ਼ਰ ਦਾ ਦੂਜਾ ਨਾਂ ਜ਼ੁਲਕਿਫਲ ਵੀ ਸੀ, ਅਤੇ ਸ਼ਬੀਰ ਅਤੇ ਬਸ਼ੀਰ ਅਤੇ ਖਾਰਾਨ ਜਿਹੜੇ ਅੰਮਾ ਸਾਇਰਾ ਦੇ ਵਾਲਦ ਸਨ। ਤਾਰਖ ਹਜ਼ਰਤ ਇਬਰਾਹੀਮ ਅਲੈਹ ਸਲਾਮ ਦੇ ਵਾਲਦ ਅਤੇ ਆਜ਼ਰ। ਅੱਗੋਂ ਤਾਰਖ ਦੇ ਪੁੱਤਰ ਹੋਏ ਹਜ਼ਰਤ ਇਬਰਾਹੀਮ ਅਲੈਹ ਸਲਾਮ ਅਤੇ ਫਾਊਰ, ਨਾਹੂਰ ਅਤੇ ਹਾਰਾਨ। ਇਹਨਾਂ ਵਿੱਚੋਂ ਫਾਊਰ ਦੇ ਪੁੱਤਰ ਹਕੀਮ ਲੁਕਮਾਨ ਸਨ ਅਤੇ ਨਾਹੂਰ ਦੇ ਦੋ ਪੁੱਤਰ ਸਨ ਲਾਬਾਨ ਅਤੇ ਨੀਤੂਏਲ। ਲਾਬਾਨ ਦੀਆਂ ਦੋ ਧੀਆਂ ਰਾਹੀਲ ਅਤੇ ਲਈਆਂ ਹੋਈਆਂ। ਨੀਤੂਏਲ ਦੀ ਇੱਕੋ ਇੱਕ ਧੀ ਬਰਮਕਾ ਹੋਈ, ਜਿਹਦਾ ਵਿਆਹ ਹਜ਼ਰਤ ਇਸਹਾਕ ਨਾਲ ਹੋਇਆ, ਜਿਹਦੇ ਵੱਲ ਦੋ ਜੋੜੇ ਪੁੱਤਰ ਐਸੂ ਅਤੇ ਹਜ਼ਰਤ ਯਾਕੂਬ ਅਲੈਹ ਸਲਾਮ ਜੰਮੇ। ਯਾਕੂਬ ਦਾ ਮਤਲਬ ਹੁੰਦਾ ਮਤਲਬ ਬਹਿਣੇ ਹੁੰਦੇ ਨੇ ਮਗਰੋਂ ਆਉਣ ਵਾਲਾ। ਅੱਗੋਂ ਹਜ਼ਰਤ ਇਬਰਾਹਿਮ ਅਲੈਹ ਸਲਾਮ ਉਹਨਾਂ ਦੀਆਂ 4 ਸਵਾਣੀਆਂ 'ਚੋਂ 13 ਪੁੱਤਰ ਅਤੇ 2 ਧੀਆਂ ਹੋਈਆਂ ਜੀ। ਵੱਡੀ ਸਵਾਣੀ ਅੰਮਾ ਸਾਇਰਾ ਵਿੱਚੋਂ ਹਜ਼ਰਤ ਇਸਹਾਕ, ਇਹਨਾਂ ਨੂੰ ਹਿੰਦੀ ਵਿੱਚ ਅੰਗਰਸੀ ਭਗਵਾਨ ਆਖਿਆ ਗਿਆ, ਅਤੇ ਅੰਮਾ ਹਾਜਰਾ ਵਿੱਚੋਂ ਹਜ਼ਰਤ ਇਸਮਾਈਲ ਅਲੈਹ ਸਲਾਮ ਹੋਏ, ਇਹਨਾਂ ਨੂੰ ਅਥਰੂ ਭਗਵਾਨ ਆਖਿਆ ਗਿਆ। ਤੀਜੀ ਸਵਾਣੀ ਅੰਮਾ ਕਤੂਰਾ ਵਿੱਚੋਂ 6 ਪੁੱਤਰ ਅਤੇ 1 ਧੀ ਲਾਲੀ ਬਾਈ ਹੋਈ। ਚੌਥੀ ਤ੍ਰੀਮਤ ਅੰਮਾ ਹਾਜੀਆਂ ਵਿੱਚੋਂ 5 ਪੁੱਤਰ ਅਤੇ 1 ਧੀ ਲਬੂਦਾ ਬਾਈ ਹੋਈ। ਮੁੜ ਕੇ ਹਜ਼ਰਤ ਇਸਮਾਈਲ ਅਲੈਹ ਸਲਾਮ ਹੋਰਾਂ ਦੀਆਂ 3 ਸਵਾਣੀਆਂ ਵਿੱਚੋਂ ਔਲਾਦ ਬਸ ਮਜ਼ਾਕ ਨਾਂ ਦੀ ਬੀਵੀ ਦੇ ਘਰ ਹੋਈ, ਅਤੇ ਉਸ ਵੱਲ 12 ਪੁੱਤਰ ਅਤੇ 1 ਧੀ ਹੋਈ। ਔਰ ਬਿਸਮਾ ਜਿਹੜੀ ਹੋਈ, ਜਿਹੜੀ ਹਜ਼ਰਤ ਇਸਹਾਕ ਅਲੈਹ ਸਲਾਮ ਹੋਰਾਂ ਦੇ ਪੁੱਤਰ ਐਸੂ ਦੇ ਨਾਲ ਵਿਆਹੀ ਗਈ, ਅਤੇ ਉਸ ਦੀ ਕੁੱਖੋਂ ਸਲਾਤੀ ਦੇ ਰੋਮ ਦਾ ਵਟਕਾ ਰੋਮ ਜੰਮਿਆ। ਮੁੜ ਕੇ ਹਜ਼ਰਤ ਇਸਮਾਈਲ ਅਲੈਹ ਸਲਾਮ ਹੋਰਾਂ ਦੇ ਮਸ਼ਾਹੂਰ ਪੁੱਤਰ ਸਨ ਨਿਆਬੂਤ, ਜਿਹਦਾ ਦੂਜਾ ਨਾਂ ਕਰਨਵੀ ਸੀ, ਅਤੇ ਮਿਸ਼ਾ ਜਿਹਨਾਂ ਨੇ ਮੱਕਾ ਵਸਾਇਆ, ਅਤੇ ਕੀਦਾਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜੱਦੇ ਅਬਜਦ ਸਨ, ਉਮੇਲ ਅਤੇ ਪਮੇਲ, ਇਹਨਾਂ ਨੂੰ ਸਾਹਬੇ ਰਸ ਵੀ ਆਖਿਆ ਗਿਆ। ਅੱਗੋਂ ਨਿਆਬੂਤ ਕਿਰਨ ਦਾ ਪੁੱਤਰ ਹੋਇਆ ਜੀ, ਉੱਤਰੀ ਦਾ ਦੂਜਾ ਨਾਂ ਆਰਚੀ ਵੀ ਸੀ। ਇਹ ਖਾਨਦਾਨ ਸਿੰਧ ਤੋਂ ਅਰਬ ਦੇ ਪਰਤ ਕੇ ਸਿੰਧ ਵਲਾਇਤ ਜੱਟ ਦੇਸ਼ ਦੇ ਵਿੱਚ ਆ ਗਿਆ, ਅਤੇ ਅਗਲਾ ਪੁੱਤਰ ਇਹਦੇ ਤੋਂ ਹੋਰ ਵੀ ਇਹਦੇ ਭਰਾ ਸਨ, ਉਹ ਵੀ ਸਾਰੇ ਨਾਲ ਆ ਗਏ। ਇਹਨਾਂ ਦੇ ਜਿਹੜੇ ਪੁੱਤਰ ਉੱਤਰੀ ਦੇ ਹੋਏ, ਉਹਨਾਂ 'ਚ ਮਸ਼ਹੂਰ ਪੁੱਤਰ ਵਰੂਣ, ਨਰੀ ਅਤੇ ਚੰਦਰਮਾਨ ਸਨ। ਅਤੇ ਵਰੂਣ ਜਿਹੜੇ ਸਨ, ਇਹਨਾਂ ਦੀ ਨਸਲੋਂ ਜਮਗਦਨੀ ਅਤੇ ਪਰਸ਼ੁਰਾਮ ਹੋਇਆ, ਜਿਹੜਾ ਹਿੰਦੂਆਂ ਦਾ 6ਵਾਂ ਅਵਤਾਰ ਸੀ। ਅਤੇ ਨਰੀ ਦੀ ਨਸਲੋਂ ਜੱਟਾਂ ਦੀ ਜਿਹੜੀ ਸ਼ਾਖ ਹੈ ਸੂਰਜਵੰਸੀ ਜੱਟਾਂ ਦੀ, ਉਹ ਅੱਗੇ ਚੱਲੀ। ਅਤੇ ਚੰਦਰਮਾਨ ਦੀ ਨਸਲੋਂ ਚੰਦਰਵੰਸੀ ਜੱਟਾਂ ਦੀ ਸ਼ਾਖ ਜਿਹੜੀ ਹੈ, ਯਾਨੀ ਇੱਥੋਂ ਚੰਦਰਵੰਸੀ ਅਤੇ ਸੂਰਜਵੰਸੀ ਜੱਟਾਂ ਦੀਆਂ ਸ਼ਾਖਾਂ ਵੱਖਰੀਆਂ ਵੱਖਰੀਆਂ ਹੋ ਗਈਆਂ। ਅੱਗੋਂ ਨਰੀ ਦਾ ਪੁੱਤਰ ਹੋਇਆ ਸੂਰਜ, ਜਿਹਦੇ ਤੋਂ ਬਾਕਾਇਦਾ ਸੂਰਜਵੰਸੀ ਨਸਲ ਟੁਰੀ। ਅਤੇ ਅੱਗੋਂ ਸੂਰਜ ਦਾ ਪੁੱਤਰ ਕਸ਼ੇਪ ਹੋਇਆ, ਕਸ਼ੇਪ ਦਾ ਪੁੱਤਰ ਕਿਰਨ ਹੋਇਆ, ਕਿਰਨ ਦਾ ਪੁੱਤਰ ਫਿਰ ਕਸ਼ੇਪ, ਅਤੇ ਕਸ਼ੇਪ ਦਾ ਪੁੱਤਰ ਹੋਇਆ ਦਿਓਲ। ਦਿਓਲ ਦੇ 2 ਪੁੱਤਰ ਹੋਏ, ਮਨੂ ਅਤੇ ਵੱਛਾ। ਮਨੂ ਦੀ ਨਸਲੋਂ ਰਾਮ ਚੰਦਰ ਜੀ ਹੋਏ ਨੇ, ਅਤੇ ਵੱਛਾ ਪਹਿਲਾ ਸੂਰਜਵੰਸੀ ਜੱਟ ਮਹਾਰਾਜਾ ਹੋਇਆ। ਅੱਗੋਂ ਵੱਛਾ ਦਾ ਪੁੱਤਰ ਸੀ ਕਛਵਾ, ਅਤੇ ਕਛਵਾ ਦਾ ਬੁੱਧ ਸੀ, ਬੁੱਧ ਦਾ ਸ਼ਿਸ਼ਪਾਲ ਸੀ। ਸ਼ਿਸ਼ਪਾਲ ਦਾ ਪੁੱਤਰ ਹਮਸਾ ਚਾਲਕ ਸੀ, ਹਮਸਾ ਚਾਲਕ ਦਾ ਪੁੱਤਰ ਆਧੂ ਚਾਲਕ ਸੀ, ਆਧੂ ਚਾਲਕ ਦਾ ਪੁੱਤਰ ਨਿਰਮਲ ਚਾਲਕ, ਅਤੇ ਨਿਰਮਲ ਚਾਲਕ ਦਾ ਪੁੱਤਰ ਨਿਰਾਸ਼ਨਸ ਚਾਲਕ, ਅਤੇ ਨਿਰਾਸ਼ਨਸ ਚਾਲਕ ਦਾ ਪੁੱਤਰ ਮਹਿੰਦਰ ਚਾਲਕ, ਅਤੇ ਮਹਿੰਦਰ ਚਾਲਕ ਦਾ ਪੁੱਤਰ ਆਪਣਾ ਨਿਰਾਸ਼ ਚਾਲਕ, ਮਹਿੰਦਰ ਚਾਲਕ ਦਾ ਪੁੱਤਰ ਮਾਸ ਚਾਲਕ, ਮਾਸ ਚਾਲਕ ਦਾ ਪੁੱਤਰ ਮਾਲਕੂ ਚਾਲਕ, ਅਤੇ ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ, ਸੂਰਜ ਚਾਲਕ ਦਾ ਪੁੱਤਰ ਲੀਲਾ ਚਾਲਕ, ਲੀਲਾ ਚਾਲਕ ਦਾ ਪੁੱਤਰ ਅੰਮ੍ਰਿਤ ਚਾਲਕ, ਅੰਮ੍ਰਿਤ ਚਾਲਕ ਦਾ ਪੁੱਤਰ ਗਿਆਨ ਚਾਲਕ, ਗਿਆਨ ਚਾਲਕ ਦਾ ਪੁੱਤਰ ਅਤੇ ਅਮਰ ਚਾਲਕ, ਅਤੇ ਅਮਰ ਚਾਲਕ ਦਾ ਪੁੱਤਰ ਗੁਲਾਬ ਚਾਲਕ, ਗੁਲਾਬ ਚਾਲਕ ਦਾ ਹਸ਼ਮਤ ਚਾਲਕ, ਹਸ਼ਮਤ ਚਾਲਕ ਦਾ ਬੂਰਾ ਚਾਲਕ, ਅਤੇ ਬੂਰਾ ਚਾਲਕ ਦਾ ਪੁੱਤਰ ਜ਼ਬਰਮਲ, ਜ਼ਬਰਮਲ ਦਾ ਪੁੱਤਰ ਹਮਸਾਰਾਜ, ਹਮਸਾਰਾਜ ਦਾ ਪੁੱਤਰ ਭੋਜਰਾਜ, ਅਤੇ ਭੋਜਰਾਜ ਦਾ ਪੁੱਤਰ ਸੂਰਜਮੁਖੀ ਰਾਜ, ਸੂਰਜਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਅਤੇ ਕਿਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ,
ਚੰਦਰ ਸਿੰਘ ਰਾਜ ਦਾ ਪੁੱਤਰ ਗਵਾ ਸਿੰਘ ਸੀਂਹ ਅਤੇ ਗਵਾ ਸਿੰਘ ਸੀਂਹ ਦਾ ਪੁੱਤਰ ਕਵਾ ਸਿੰਘ ਸੀਂਹ, ਕਵਾ ਸਿੰਘ ਸੀਂਹ ਦਾ ਪੁੱਤਰ ਬਾਲਦਾ ਸਿੰਘ ਅਤੇ ਬਾਲਦਾ ਸਿੰਘ ਦਾ ਪੁੱਤਰ ਦੂਦੇਸ਼ੀ ਰਾਜ, ਦੂਦੇਸ਼ੀ ਰਾਜ ਦਾ ਪੁੱਤਰ ਰੂਦੇਸ਼ੀ ਰਾਜ ਅਤੇ ਰੂਦੇਸ਼ੀ ਰਾਜ ਦਾ ਪੁੱਤਰ ਹਮਸਾ ਸਿੰਘ ਅਤੇ ਹਮਸਾ ਸਿੰਘ ਦਾ ਪੁੱਤਰ ਮੂਲ ਰਾਜ। ਮੂਲ ਰਾਜ ਦੇ ਪੁੱਤਰ ਹੋਏ ਜੀ ਰਾਜ ਚਾਲਕ, ਰਾਜ ਚੁਨੀਰ, ਰਾ ਉਨੀਰ, ਰਾ ਪੁਨੀਰ, ਰਾ ਸੁਨੀਰ, ਰਾ ਰੋਨੀਰ, ਰਾ ਪਨਵਾਰ, ਰਾ ਭਾਟੀਆ, ਰਾ ਗੁਰਜਰ, ਰਾ ਚਲੋਕ, ਰਾ ਪਰਿਹਾਰ ਯਾਨੀ ਪੜਿਆਰ, ਰਾ ਪਰਮਾਰ ਅਤੇ ਰਾ ਚਾਹੂਮਾਨ। ਇਹਨਾਂ ਵਿੱਚੋਂ ਆਖਰੀ ਚਾਰ ਜਿਹੜੇ ਸਨ ਜੀ ਇਹਨਾਂ ਨੂੰ ਅਗਨਵੰਸ਼ ਆਖਿਆ ਜਾਂਦਾ ਅਤੇ ਧੀਆਂ ਹੋਈਆਂ ਮੋਮਲ ਦੇਵੀ, ਸੁਖੜ ਦੇਵੀ, ਸਰਲ ਦੇਵੀ ਅਤੇ ਛੱਪੜ ਦੇਵੀ। ਅੱਗੋਂ ਰਾਜ ਚਾਲਕ ਦੇ ਪੁੱਤਰ ਹੋਏ ਰਾਜ ਸੋਤਰਕ, ਰਾਜ ਸੰਧਿਆਲੀ, ਰਾਜ ਸੰਗਲੀ ਅਤੇ ਰਾਜ ਉਡਾਣਾ ਅਤੇ ਧੀਆਂ ਹੋਈਆਂ ਪਦਮਣੀ ਦੇਵੀ ਅਤੇ ਸੁੰਦਰੀ ਬਾਈ। ਅੱਗੋਂ ਸੋਤਰਕ ਰਾਜ ਦਾ ਪੁੱਤਰ ਹੋਇਆ ਸਰੋਇਆ ਰਾਜ, ਮੰਬਾ ਰਾਜ, ਪਸਦੀ ਰਾਜ, ਬੁਪਾਇਆ ਰਾਜ ਅਤੇ ਸਾਇਰੋ ਰਾਜ ਅਤੇ ਧੀਆਂ ਹੋਈਆਂ ਸੋਸਲ ਦੇਵੀ ਅਤੇ ਸੁਰਧਨ ਦੇਵੀ। ਮੁੜ ਕੇ ਸਰੋਇਆ ਰਾਜ ਦਾ ਪੁੱਤਰ ਹੋਇਆ ਮਾਲਰਾ, ਬੱਲੀ, ਪਿੱਲਰ ਰਾਜ, ਸੂਦਰ ਕਸ ਰਾਜ, ਬਾਗੜ ਰਾਜ, ਗੁਰਾਇਆ ਰਾਜ ਅਤੇ ਟੇਲੂ ਰਾਜ, ਤੱਤਰ ਰਾਜ, ਛੱਤਰ ਰਾਜ, ਸਾਂਘਾ ਰਾਜ, ਸਿਆਣ ਰਾਜ, ਬਡਗਾਮ ਰਾਜ, ਸੋਜਲਾ ਰਾਜ, ਮੁੰਗਰ ਰਾਜ, ਡਹਿਲ ਰਾਜ, ਹੰਜ ਰਾਜ, ਦੁਸੰਜ ਰਾਜ ਯਾਨੀ ਕਟੌਜ ਵੀ ਸੀ ਉਹਦਾ ਨਾਂ, ਅਤੇ ਜਾਮ ਰਾਜ, ਅਤੇ ਦੰਦ ਰਾਜ, ਅਤੇ ਗਤਵਾਲ ਰਾਜ, ਚਾਂਦ ਰਾਜ, ਚਿਓੜ ਰਾਜ, ਬੁੱਢਣ ਰਾਜ, ਗੀਲੂ ਰਾਜ, ਸਾਂਸੀ ਰਾਜ, ਸੁਹਾਣ ਰਾਜ, ਅਤੇ ਕਜਲਾ ਰਾਜ, ਅਤੇ ਸੋਲਾ ਰਾਜ। ਧੀਆਂ ਹੋਈਆਂ ਮੋਹਰੀ ਦੇਵੀ, ਸ਼ਾਸਤਰੀ ਦੇਵੀ, ਲੱਖਣ ਦੇਵੀ ਅਤੇ ਗੰਗਾ ਦੇਵੀ। ਅੱਗੋਂ ਮਾਲਰਾ ਬੱਲੀ ਦੇ ਪੁੱਤਰ ਹੋਏ ਰਾਜ ਭੁੱਟਾ, ਰਾਜ ਡਾਰ, ਰਾਜ ਦਾਇਚ, ਰਾਜ ਸ਼ਜਰਾ ਅਤੇ ਰਾਜ ਲੰਗਾ ਅਤੇ ਧੀਆਂ ਗਿਆਨਰੀ ਦੇਵੀ ਅਤੇ ਸਰਸਵਤੀ ਦੇਵੀ ਅਤੇ ਪਦਮਣੀ ਦੇਵੀ ਹੋਈਆਂ। ਅੱਗੋਂ ਦਾਇਚ ਜਿਹੜਾ ਇਹਦੇ ਪੁੱਤਰ ਹੋਏ ਬੁੱਚਾ, ਸੁਹਾਵਣ, ਦੌਲ, ਤੂਰ, ਤੂਰ ਦਾ ਦੂਜਾ ਨਾਂ ਤੋਮਰਾ ਵੀ ਸੀ ਸੀ ਅਗਲਾ ਪੁੱਤਰ ਸੀ ਬੱਚਾ, ਅਗਲਾ ਪਦਾਇਚ, ਅਗਲਾ ਸੁਹਾਵੜ, ਅਗਲਾ ਸੁਹਾਵਾ, ਅਗਲਾ ਡਾਹਾ ਦਾਚ, ਅਗਲਾ ਵੜਛਾ, ਅਗਲਾ ਪੁੱਤਰ ਨਾਇਕ ਅਤੇ ਧੀਆਂ ਹੋਈਆਂ ਵਡੌਰ ਬਾਈ, ਸੋਢੀ ਬਾਈ, ਜਿੱਦਾ ਬਾਈ, ਬੁੱਢੀ ਬਾਈ, ਜਿਉਂਦੀ ਬਾਈ, ਸੱਤ ਭਰਾਈ, ਜੀਵਨ ਬਾਈ, ਭਾਗਲ ਬਾਈ ਅਤੇ ਅੰਬਲ ਬਾਈ। ਅੱਗੋਂ ਤੂਰ ਤੋਮਰਾ ਦਾ ਪੁੱਤਰ ਹੋਇਆ ਪਾਂਡੂ ਅਤੇ ਧਰਪਤ ਅਤੇ ਹੋਮਰ, ਤਨਵਾਰ, ਤਰਿਆਰ, ਸ਼ਾਦੀ, ਬੜਾਇਚ, ਵਾਂਡਾ, ਡਾਂਡਾ ਅਤੇ ਅੱਕਾ। ਅੱਗੋਂ ਪਾਂਡੂ ਦੇ ਪੁੱਤਰ ਹੋਏ ਅਰਜਨ ਦੇਵਪਾਲ, ਬੇਦ ਦੇਵਪਾਲ, ਬਾਜਲ ਦੇਵਪਾਲ ਅਤੇ ਮੋਢਾ ਦੇਵਪਾਲ। ਅੱਗੋਂ ਮੋਢਾ ਪਾਲ ਦਾ ਹੋਇਆ ਅਣਕਪਾਲ ਅਤੇ ਅਣਕਪਾਲ ਦਾ ਹੋਇਆ ਜੋਧਾ ਪਾਲ। ਅੱਗੋਂ ਜੋਧਾ ਪਾਲ ਦੇ ਪੁੱਤਰ ਹੋਏ ਨੇ ਮਹਾਰਾਜਾ ਵਿਲਾਨ ਪਾਲ ਅਤੇ ਸਿਆਰ ਪਾਲ। ਅੱਗੋਂ ਮਹਾਰਾਜਾ ਵਿਲਾਨ ਪਾਲ ਦੇ ਪੁੱਤਰ ਹੋਏ ਨੇ ਚੱਦੜ ਪਾਲ, ਚੱਢਾ ਪਾਲ ਅਤੇ ਬੱਗਾ ਪਾਲ, ਪਟਵਾਰ ਪਾਲ ਅਤੇ ਗੱਬਰ ਪਾਲ। ਅੱਗੋਂ ਚੱਢਾ ਪਾਲ ਦਾ ਪੁੱਤਰ ਹੋਇਆ ਚੁੱਗ ਪਾਲ, ਚੱਢ ਪਾਲ ਅਤੇ ਝੂੜ ਪਾਲ। ਅਤੇ ਸਿਆਲਕੋਟ ਦੀ ਤਹਿਸੀਲ ਪਸਰੂਰ, ਕੋਟਲੀ ਚੱਢਿਆਂ ਦੇ ਨਾਂ ਨਾਲ ਇਹ ਲੋਕ ਇੱਥੇ ਵੀ ਵੱਸਦੇ ਨੇ ਅਤੇ ਇਹਦੇ ਤੋਂ ਇਲਾਵਾ ਵੀ ਚਿੱਡਾ ਜੱਟ ਕਬੀ ਚੱਢਾ ਜੱਟ ਕਬੀਲਾ ਦੇ ਨਾਂ ਨਾਲ ਚੜ੍ਹਦੇ ਪੰਜਾਬ ਵਿੱਚ ਵੀ, ਹਿੰਦੁਸਤਾਨ ਵਿੱਚ ਵੀ, ਇੱਧਰ ਵੀ ਕਾਫੀ ਥਾਵਾਂ 'ਤੇ ਲੋਕ ਵੱਸਦੇ ਨੇ। ਇਹ ਹਿੰਦੂ, ਮੁਸਲਮਾਨ, ਸਿੱਖ ਸਾਰਿਆਂ ਧਰਮਾਂ 'ਚ ਮਿਲਦੇ ਨੇ। ਇਹ ਲੋਕ ਜੱਟਾਂ ਦਾ ਬੜਾ ਨਾਮੀ ਖਾਨਦਾਨ ਨੇ। ਇਹ ਲੋਕ ਨੂਰਪੁਰ, ਥਲ, ਡੀ ਜੀ ਖਾਨ ਅਤੇ ਸੂਦ ਅਤੇ ਸੂਦ ਸਕੇਸਰ ਦੇ ਇਲਾਕਿਆਂ ਦੇ ਵਿੱਚ ਵੀ ਕਾਫੀ ਗਿਣਤੀ ਵਿੱਚ ਮਿਲਦੇ ਨੇ। ਤੋ ਪਿਆਰਿਓ, ਇਹ ਸੀ ਜ਼ਿਕਰ ਚੱਢਾ ਜੱਟ ਕਬੀਲੇ ਦਾ।